ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਾਬਾ ਹਰਭਿੰਦਰ ਸਿੰਘ ਟਾਹਲੀ ਸਾਹਿਬ ਦੇਸ਼ ਵਿਦੇਸ਼ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੰਦੀ ਛੋੜ ਗੁਰਪੁਰਬ ਉੱਤੇ ਦੀਵਾਲੀ ਦੇ ਸ਼ੁਭ ਦਿਹਾੜੇ ਉੱਤੇ ਬੇਅੰਤ ਵਧਾਈਆਂ ਪੇਸ਼ ਕਰਦਾ ਹਾਂ ਅਤੇ ਨਾਲ ਹੀ ਆਵਾਜ਼ੇ ਕੌਮ ਅਦਾਰੇ ਰਾਹੀਂ ਇਹ ਅਪੀਲ ਕਰਦਾ ਹਾਂ ਕਿ ਜਿਵੇਂ ਰਾਤ ਨੂੰ ਦੀਵਾਲੀ ਦੇ ਮੌਕੇ ਦੀਵੇ ਬਾਲੇ ਜਾਂਦੇ ਹਨ, ਇਸ ਤਰ੍ਹਾਂ ਹੀ ਆਪਣੇ ਮਨਾਂ ਦਾ ਗੁਰੂ ਦੇ ਗਿਆਨ ਦੁਆਰਾ ਪ੍ਰਕਾਸ਼ ਕਰਕੇ ਅਗਿਆਨਤਾ ਨੂੰ ਦੂਰ ਕਰਨਾ ਚਾਹੀਦਾ ਹੈ, ਵਹਿਮਾਂ ਭਰਮਾਂ 'ਚੋਂ ਬਾਹਰ ਨਿਕਲਣਾ ਚਾਹੀਦਾ ਹੈ। ਗੁਰੂ ਸ਼ਬਦ ਦੁਆਰਾ ਹੀ ਆਪਣੇ ਸ਼ੁਭ ਜੀਵਨ ਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਆਪਾਂ ਫਜ਼ੂਲ ਹੀ ਬਹੁਤ ਸਾਰੇ ਪਟਾਕੇ ਵਗੈਰਾ ਚਲਾ ਕੇ ਆਪਣੀ ਮਾਇਆ ਨਸ਼ਟ ਕਰਦੇ ਹਾਂ, ਉਹਦੇ ਨਾਲ ਹਾਦਸੇ ਬੜੇ ਬੜੇ ਵਾਪਰਦੇ ਨੇ, ਅਨੇਕਾਂ ਜਾਨਾਂ ਵੀ ਜਾਂਦੀਆਂ ਨੇ, ਪ੍ਰਦੂਸ਼ਣ ਫੈਲਦਾ ਹੈ, ਧੂੰਏ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ। ਇਹ ਮੈਂ ਉਚੇਚੇ ਤੌਰ 'ਤੇ ਬੇਨਤੀ ਕਰੂੰਗਾ ਕਿ ਸਾਨੂੰ ਇਹ ਪ੍ਰਦੂਸ਼ਣ ਫੈਲਾਉਣ ਤੋਂ ਇਹ ਸੰਕੋਚ ਕਰਨਾ ਚਾਹੀਦਾ ਹੈ ਅਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ 'ਚ ਮੈਂ ਅਦਾਰੇ ਆਵਾਜ਼ੇ ਕੰਮ ਦੁਆਰਾ ਅਰਦਾਸ ਕਰਦਾ ਹਾਂ। ਸੱਚੇ ਪਾਤਸ਼ਾਹ ਸਾਰੇ ਹੀ ਸਿੱਖ ਜਗਤ ਨੂੰ, ਸਾਰੇ ਸੰਸਾਰ ਨੂੰ ਖੁਸ਼ੀਆਂ ਬਖਸ਼ੇ, ਚੜ੍ਹਦੀ ਕਲਾ ਹੋਵੇ ਅਤੇ ਨਾਲ ਅਦਾਰੇ ਕੰਮ ਦੇ ਮੈਂ ਸਮੁੱਚੇ ਜ਼ਿੰਮੇਵਾਰ ਸੱਜਣਾ ਧੰਨਵਾਦੀ ਹਾਂ ਜੋ ਸਮੇਂ ਸਮੇਂ 'ਤੇ ਕੌਮ ਨੂੰ ਅਤੇ ਦੇਸ਼ ਪੰਜਾਬ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਆਪਣੇ ਸ਼ੁਭ ਦਿਹਾੜਿਆਂ 'ਤੇ ਜਾਣੂ ਕਰਵਾ ਕੇ ਕਰਕੇ ਹੁਣ ਸੁਚੇਤ ਕਰਦੇ ਨੇ ਅਤੇ ਗੁਰੂ ਨਾਲ ਜੋੜਦੇ ਨੇ, ਪੰਥ ਨਾਲ ਜੋੜਦੇ ਨੇ ਅਤੇ ਸਾਰਿਆਂ ਦਾ ਭਲਾ ਚਾਹੁੰਦੇ ਨੇ। ਇਸ ਕਰਕੇ ਅਸੀਂ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ੇ ਕੌਮ ਸਮੁੱਚੇ ਅਦਾਰੇ ਦਾ, ਦੇਸ਼ਾਂ ਵਿਦੇਸ਼ਾਂ ਬੈਠੇ ਗੁਰੂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦੇ ਹਾਂ, ਵਧਾਈ ਦਿੰਦੇ ਹਾਂ, ਉਹ ਚੜ੍ਹਦੀ ਕਲਾ ਵਾਤ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਦੇ ਹਾਂ। ਦੀਵਾਲੀ ਦਾ ਦਿਹਾੜਾ ਅਤੇ ਬੰਦੀ ਛੋੜ ਗੁਰਪੁਰਬ ਵਾਲਾ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ, ਸਭ ਦਾ ਭਲਾ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।